ਤੁਸੀਂ ਸਭ ਨੇ ਮਸਤਾਨੇ ਫਿਲਮ ਦੇਖੀ ਜਾਂ ਉਸ ਬਾਰੇ ਸੁਣਿਆ ਜ਼ਰੂਰ ਹੋਵੇਗਾ। ਕਿਵੇਂ ਅਰਦਾਸ ਕਰਨ ਮਸਤਾਨੇ ਸਿੰਘ ਬਣ ਜਾਂਦੇ ਨੇ ਤੇ ਕਿਵੇਂ ਦੁਸ਼ਮਣ ਫੌਜਾਂ ਨਾਲ ਭਿੜ ਜਾਂਦੇ ਨੇ। ਹੁਣ ਕੁਝ ਉਸ ਫਿਲਮ ਵਰਗਾ ਅਸਲ 'ਚ ਵੀ ਵਾਪਰਿਆ। ਬਾਰਿਸ਼ਾਂ ਤੇ ਹੜ੍ਹ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ। ਦਰਅਸਲ ਪੰਜਾਬ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ। ਕੁਝ ਐਸਾ ਹੀ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ, ਜਿੱਥੇ ਤੜਕਸਾਰ ਕਰੀਬ 4 ਵਜੇ ਜਦੋਂ ਬੀਬੀਆਂ ਆਪਣੇ ਘਰ ਤੋਂ ਸਵੇਰੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਨਤਮਸਤਕ ਹੋਣ ਜਾ ਰਹੀਆਂ ਸਨ ਤਾਂ ਉਹਨਾਂ ਨੂੰ ਰਾਹ 'ਚ ਮੋਟਰਸਾਈਕਲ 'ਤੇ ਸਵਾਰ 4 ਨੌਜਵਾਨਾਂ ਵੱਲੋਂ ਦਾਤਰ ਦਿਖਾ ਕੇ ਲੁੱਟ ਖੋਹ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਨਾਂ ਬੀਬੀਆਂ ਨੇ 4 ਲੁਟੇਰਿਆਂ ਦਾ ਰੱਜ ਕੇ ਕੁਟਾਪਾ ਚਾੜਿਆ ਤੇ ਉਹ ਆਪਣਾ ਦਾਤਰ ਛੱਡ ਕੇ ਉੱਥੇ ਫਰਾਰ ਹੋ ਗਏ। ਵਾਰਦਾਤ ਬਾਰੇ ਜਾਣਕਾਰੀ ਦਿੰਦੀਆਂ ਬੀਬੀਆਂ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਨਤਮਸਤਕ ਹੋਣ ਜਾ ਰਹੀਆਂ ਸਨ ਪਰ ਅੱਜ ਮੋਟਰਸਾਈਕਲ 'ਤੇ ਸਵਾਰ 4 ਨੌਜਵਾਨਾਂ ਨੇ ਲੁੱਟ ਦੀ ਨੀਅਤ ਦੇ ਨਾਲ ਉਹ ਆਏ ਅਤੇ ਸਾਨੂੰ ਰੋਕਿਆ, ਪਰੰਤੂ ਵਾਹਿਗੁਰੂ ਦੀ ਕਿਰਪਾ ਕਰਕੇ ਅਸੀਂ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਹ ਇੱਥੋਂ ਫਰਾਰ ਹੋ ਗਏ। ਉੱਥੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਨੌਜਵਾਨਾਂ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਉਹਨਾਂ ਪੁਲਿਸ SSP ਤੋਂ ਪੁਲਿਸ ਗਸ਼ਤ ਵਧਾਉਣ ਦੀ ਵੀ ਅਪੀਲ ਕੀਤੀ ਹੈ। ਅਸੀਂ ਆ ਰਹੇ ਸੀ ਗੁਰਦੁਆਰਾ ਸਾਹਿਬ ਨੂੰ ਅਤੇ ਜਦੋਂ ਆਪਾਂ RR ਬਾਵਾ ਲਾਗੇ ਆਏ ਤਾਂ 4 ਜਣੇ ਮੋਟਰਸਾਈਕਲ ਦੇ ਸਾਡੇ ਪਿੱਛੇ ਆਏ, ਅਸੀਂ ਉਹਨਾਂ ਨੂੰ ਵੇਖ ਕੇ ਰੋਕ ਗਏ ਅਤੇ ਫਿਰ ਉਹ ਸਾਡੇ ਮਤਲਬ ਉਤਰੇ ਅਤੇ ਫਿਰ ਅਸੀਂ ਡੰਡਾ ਮਾਰਿਆ ਉਹਨਾਂ ਦੇ ਸਿਰ 'ਚ ਤਾਂ ਡਿੱਗੇ, ਫਿਰ ਉਹਨਾਂ ਦੇ ਪਿੱਛੇ ਦੌੜੇ, ਉਹ ਵੀ ਮਾਰਨ ਪਏ ਸੀਗੇ ਸਾਨੂੰ 2-3 ਵਾਰੀ, ਪਰ ਉਹਨਾਂ ਕੋਲ ਮਤਲਬ ਮਾਰਦੇ ਪਏ ਸੀਗੇ, ਰੁਕ ਰੁਕ ਕੇ ਆਉਂਦੇ ਪਏ ਸਾਡੇ ਪਿੱਛੇ, ਪਰ ਅਸੀਂ ਹਿੰਮਤ ਚਲੋ ਵਾਹਿਗੁਰੂ ਨੇ ਸਾਨੂੰ ਹਿੰਮਤ ਦਿੱਤੀ ਅਤੇ ਫਿਰ ਉਹ ਦੌੜ ਗਏ ਸੀਗੇ। ਅਸੀਂ 2 ਜਣੇ ਸੀਗੇ, ਉਹ 4 ਜਣੇ ਸੀਗੇ, ਉਹਨਾਂ ਦਾ ਦਾਤਰ ਫਿਰ ਅਸੀਂ ਡੰਡਾ ਮਾਰਿਆ ਥੱਲੇ ਡਿੱਗ ਗਿਆ ਅਤੇ ਫਿਰ ਅਸੀਂ ਫੜ ਕੇ ਅਤੇ ਉਹਨਾਂ ਦੇ ਪਿੱਛੇ ਉਹੀ ਦਾਤਰ ਲੈ ਕੇ ਦੌੜੇ। ਬੇਸਬਾਲ ਇਹ ਸਾਡਾ ਆਪਣਾ ਸੀਗਾ, ਇਹ ਅਸੀਂ ਘਰੋਂ ਲੈ ਕੇ ਆਏ ਸੀ, ਇਹ ਸੀ ਹਿੰਮਤ ਨਾਲ ਆਪਾਂ ਉਹਨਾਂ ਨੂੰ ਫੰਡਿਆ ਸੀ, ਸਾਡਾ ਬਹੁਤ ਬਹੁਤ ਬਾਕੀ ਵਾਹਿਗੁਰੂ ਨੇ ਹਿੰਮਤ ਬਖਸ਼ੀ। ਤੁਸੀਂ ਸਭ ਨੇ ਮਸਤਾਨੇ ਫਿਲਮ ਦੇਖੀ ਜਾਂ ਉਸ ਬਾਰੇ ਸੁਣਿਆ ਜ਼ਰੂਰ ਹੋਵੇਗਾ। ਕਿਵੇਂ ਅਰਦਾਸ ਕਰਨ ਮਸਤਾਨੇ ਸਿੰਘ ਬਣ ਜਾਂਦੇ ਨੇ ਤੇ ਕਿਵੇਂ ਦੁਸ਼ਮਣ ਫੌਜਾਂ ਨਾਲ ਭਿੜ ਜਾਂਦੇ ਨੇ। ਹੁਣ ਕੁਝ ਉਸ ਫਿਲਮ ਵਰਗਾ ਅਸਲ 'ਚ ਵੀ ਵਾਪਰਿਆ। ਦਰਅਸਲ ਪੰਜਾਬ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ। ਕੁਝ ਐਸਾ ਹੀ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ, ਜਿੱਥੇ ਤੜਕਸਾਰ ਕਰੀਬ 4 ਵਜੇ ਜਦੋਂ ਬੀਬੀਆਂ ਆਪਣੇ ਘਰ ਤੋਂ ਸਵੇਰੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਨਤਮਸਤਕ ਹੋਣ ਜਾ ਰਹੀਆਂ ਸਨ ਤਾਂ ਉਹਨਾਂ ਨੂੰ ਰਾਹ 'ਚ ਮੋਟਰਸਾਈਕਲ 'ਤੇ ਸਵਾਰ 4 ਨੌਜਵਾਨਾਂ ਵੱਲੋਂ ਦਾਤਰ ਦਿਖਾ ਕੇ ਲੁੱਟ ਖੋਹ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਨਾਂ ਬੀਬੀਆਂ ਨੇ 4 ਲੁਟੇਰਿਆਂ ਦਾ ਰੱਜ ਕੇ ਕੁਟਾਪਾ ਚਾੜਿਆ ਅਤੇ ਉਹ ਆਪਣਾ ਦਾਤਰ ਛੱਡ ਕੇ ਉੱਥੇ ਫਰਾਰ ਹੋ ਗਏ। ਵਾਰਦਾਤ ਬਾਰੇ ਜਾਣਕਾਰੀ ਦਿੰਦੀਆਂ ਬੀਬੀਆਂ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਨਤਮਸਤਕ ਹੋਣ ਜਾ ਰਹੀਆਂ ਸਨ ਪਰ ਅੱਜ ਮੋਟਰਸਾਈਕਲ 'ਤੇ ਸਵਾਰ 4 ਨੌਜਵਾਨਾਂ ਨੇ ਲੁੱਟ ਦੀ ਨੀਅਤ ਦੇ ਨਾਲ ਉਹ ਆਏ ਅਤੇ ਸਾਨੂੰ ਰੋਕਿਆ, ਪਰੰਤੂ ਵਾਹਿਗੁਰੂ ਦੀ ਕਿਰਪਾ ਕਰਕੇ ਅਸੀਂ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਹ ਇੱਥੋਂ ਫਰਾਰ ਹੋ ਗਏ। ਉੱਥੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਨੌਜਵਾਨਾਂ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਉਹਨਾਂ ਪੁਲਿਸ SSP ਤੋਂ ਪੁਲਿਸ ਗਸ਼ਤ ਵਧਾਉਣ ਦੀ ਵੀ ਅਪੀਲ ਕੀਤੀ ਹੈ। ਅਸੀਂ ਆ ਰਹੇ ਸੀ ਗੁਰਦੁਆਰਾ ਸਾਹਿਬ ਨੂੰ ਅਤੇ ਜਦੋਂ ਆਪਾਂ RR ਬਾਵਾ ਲਾਗੇ ਆਏ ਤਾਂ 4 ਜਣੇ ਮੋਟਰਸਾਈਕਲ ਦੇ ਸਾਡੇ ਪਿੱਛੇ ਆਏ, ਅਸੀਂ ਉਹਨਾਂ ਨੂੰ ਵੇਖ ਕੇ ਰੋਕ ਗਏ ਅਤੇ ਫਿਰ ਉਹ ਸਾਡੇ ਮਤਲਬ ਉਤਰੇ ਅਤੇ ਫਿਰ ਅਸੀਂ ਡੰਡਾ ਮਾਰਿਆ ਉਹਨਾਂ ਦੇ ਸਿਰ 'ਚ ਤਾਂ ਡਿੱਗੇ, ਫਿਰ ਉਹਨਾਂ ਦੇ ਪਿੱਛੇ ਦੌੜੇ, ਉਹ ਵੀ ਮਾਰਨ ਪਏ ਸੀਗੇ ਸਾਨੂੰ 2-3 ਵਾਰੀ, ਪਰ ਉਹਨਾਂ ਕੋਲ ਮਤਲਬ ਮਾਰਦੇ ਪਏ ਸੀਗੇ, ਰੁਕ ਰੁਕ ਕੇ ਆਉਂਦੇ ਪਏ ਸਾਡੇ ਪਿੱਛੇ, ਪਰ ਅਸੀਂ ਹਿੰਮਤ ਚਲੋ ਵਾਹਿਗੁਰੂ ਨੇ ਸਾਨੂੰ ਹਿੰਮਤ ਦਿੱਤੀ ਅਤੇ ਫਿਰ ਉਹ ਦੌੜ ਗਏ ਸੀਗੇ। ਅਸੀਂ 2 ਜਣੇ ਸੀਗੇ, ਉਹ 4 ਜਣੇ ਸੀਗੇ, ਉਹਨਾਂ ਦਾ ਦਾਤਰ ਫਿਰ ਅਸੀਂ ਡੰਡਾ ਮਾਰਿਆ ਥੱਲੇ ਡਿੱਗ ਗਿਆ ਅਤੇ ਫਿਰ ਅਸੀਂ ਫੜ ਕੇ ਅਤੇ ਉਹਨਾਂ ਦੇ ਪਿੱਛੇ ਉਹੀ ਦਾਤਰ ਲੈ ਕੇ ਦੌੜੇ। ਬੇਸਬਾਲ ਇਹ ਸਾਡਾ ਆਪਣਾ ਸੀਗਾ, ਇਹ ਅਸੀਂ ਘਰੋਂ ਲੈ ਕੇ ਆਏ ਸੀ, ਇਹ ਸੀ ਹਿੰਮਤ ਨਾਲ ਆਪਾਂ ਉਹਨਾਂ ਨੂੰ ਫੰਡਿਆ ਸੀ, ਸਾਡਾ ਬਹੁਤ ਬਹੁਤ ਬਾਕੀ ਵਾਹਿਗੁਰੂ ਨੇ ਹਿੰਮਤ ਬਖਸ਼ੀ।